हाँ भाई 2 महीने हो गए ने किराया देने का, कुछ पता क्या फ्रिज ही रहना है। आंटी गए हुए ने काम का पता कर, जे मिल जाए तो वधिया गल है, सानू तो आप टेंशन पई है, पैसे मिलन तो तुहानू किराया देईए। कल्ले किराए नाल नहीं सरना, नाल बिजली का बिल भी दियो, पूरे पैसे दियो मैनू। हाँ जी आंटी आंदे है ना, तो मैं इन्होंने गल करके फिर तुहानू दस देनी आ। पुछना दसना की है, 2 महीने का किराया तो 2 महीने का बिल है, देना है तो दो, नहीं तो समान चक के मैं बाहर रख देना है। ਤੁਹਾਡੀ ਬੇਇੱਜ਼ਤੀ ਹੋਣੀ ਹੈ, ਚਾਰ ਮਹੱਲੇ ਦੇ ਦੇਖਣਗੇ ਤੇ ਤੁਹਾਨੂੰ ਚੰਗਾ ਲੱਗੇਗਾ। ਆਂਟੀ ਤੁਹਾਨੂੰ ਕੰਮ ਕਰਨ ਦੇ ਹਾਲਾਤ ਪਤਾ ਤਾਂ ਹੈ, ਕਿੰਨੇ ਸ਼ੌਕ ਆ 2 ਮਹੀਨੇ ਦਾ ਕਿਰਾਇਆ ਰੋਕਣ ਦਾ। ਕੋਈ ਗੱਲ ਨਹੀਂ, ਆਂਟੀ ਮੈਂ ਗੱਲ ਕਰਦੀ ਹਾਂ, ਆਓ ਤਾਂ ਸਰਕਾਰਾਂ ਦੀਆਂ ਨੀਤੀਆਂ ਵਾਇਰਸ ਦਾ ਰੋਲਾ ਪਾ ਕੇ ਕੰਮ ਕਰ ਸਾਰੇ ਠੱਪ ਸਿੱਟੇ ਪਏ ਨੇ, ਕੋਈ ਨਾ ਮੈਂ ਕੱਢਦੀ ਹਾਂ ਕੋਈ ਹੱਲ। ਮੈਨੂੰ ਨਾ 2 ਘੰਟਿਆਂ ਵਿੱਚ ਦੱਸ ਦਿਓ ਤੇ ਨਹੀਂ ਤੇ ਆਪਣਾ ਸਮਾਨ ਲੈ ਕੇ ਤੇ ਨਿਕਲੋ ਇੱਥੋਂ। ਮੈਨੂੰ ਪਤਾ ਪੈਸਿਆਂ ਦਾ ਰੇਂਜ ਤਾਂ ਹੁਣ ਨਹੀਂ, ਹੁਣ ਕੰਮ ਦਾ ਪਤਾ ਕਰਨ ਗਏ ਨੇ, 10-15 ਦਿਨ ਕੰਮ ਕਰੂਗੇ ਅਗਲਾ ਤਾਂ ਹੀ ਪੈਸੇ ਦਊਗਾ, ਐਂ ਤਾਂ ਕੋਈ ਪੈਸੇ ਦੇ ਨਹੀਂ ਦਊਗਾ ਐਡਵਾਂਸ। ਅਤੇ ਇਸ ਟਾਈਮ ਪੈਸੇ ਅਸੀਂ ਮੰਗ ਨਹੀਂ ਸਕਦੇ ਕਿਸੇ ਕੋਲੋਂ, ਕਿਉਂਕਿ ਸਭ ਦੇ ਹਾਲਾਤ ਉਹੋ ਜਿਹੇ ਹੋਏ ਪਏ ਆ। ਹੁਣ ਆਂਟੀ ਸਮਾਨ ਚੱਕ ਕੇ ਬਾਹਰ ਮਾਰੇ ਸਾਡਾ, ਅਤੇ ਚਾਰ ਮਹੱਲੇ ਵਾਲੇ ਦੇਖਣ ਸਾਡੀ ਬੇਇੱਜ਼ਤੀ ਹੋਵੇ ਅਤੇ ਇਹਦੇ ਨਾਲ ਚੰਗਾ ਹੌਲੇ ਹੌਲੇ ਮੈਂ ਹੀ ਸਾਰਾ ਕੱਢ ਦੇਣੀ ਆ। ਬਾਕੀ ਇਹ ਆਉਂਦੇ ਆ ਤਾਂ ਦੇਖਦੇ ਹਾਂ ਕੀ ਕਰਨਾ ਆ। गरीब तो गरीब करने की कोशिश करती पई है, बेचारा पता कितना औखा होया पया, नाले किहदा दिल करदा किराया ते रहण दा। ਉਹੀ ਤੇ ਨਾ, ਹੁਣ ਕਿਤੇ ਹੋਰ ਵੀ ਜਾਵਾਂਗੇ ਕਿਰਾਏ ਤੇ ਰਹਿਣ ਵਾਸਤੇ, ਅਗਲਾ ਵੀ ਤਾਂ ਐਡਵਾਂਸ ਚ ਅੱਧਾ ਜਾਂ ਪੂਰਾ ਕਿਰਾਇਆ ਤਾਂ ਮੰਗੂਗਾ ਨਾ। ਫਿਰ ਹੁਣ ਆਪਾਂ ਸਮਾਨ ਤਾਂ ਬਾਹਰ ਕੱਢ ਲਿਆ, ਹੁਣ ਸੋਚਿਆ ਕੀ ਹੈ, ਕੀ ਕਰਾਂਗੇ ਅੱਗੇ? ਯਾਰ ਫਿਰ ਮੇਰੀ ਗੱਲ ਸੁਣੋ, ਇਦਾਂ ਕਰ ਲਓ, ਆਪਣੇ ਜੀ ਦੋਸਤ ਯਾਰ ਨੂੰ ਫੋਨ ਕਰਕੇ ਕਹੋ ਵੀ ਸਾਡਾ ਸਮਾਨ ਰੱਖ ਲੈ, ਅਸੀਂ 2-4 ਦਿਨ ਗੁਰਦੁਆਰੇ ਰਹਿ ਲਾਂਗੇ, ਹੋਰ ਕੀ ਹੋਊਗਾ। ਗੁਰਦੁਆਰੇ ਐਸੀ ਜਗ੍ਹਾ ਹੈ ਜੋ ਕਿਸੇ ਚੀਜ਼ ਨੂੰ ਮਨਾ ਨਹੀਂ ਕਰਦਾ, ਉੱਥੇ ਰਹਿਣ ਨੂੰ ਜਗ੍ਹਾ ਵੀ ਹੈਗੀ ਹੈ, ਖਾਣ ਪੀਣ ਨੂੰ ਲੰਗਰ ਵੀ ਹੈਗਾ ਤੇ ਸੌਣ ਨੂੰ ਕੰਬਲ ਵੀ ਹੈਗਾ। कमरा खाली करन लगे ओ ते चलो कोई गल नहीं ठीक है, ते पर 2 महीने दा किराया ते 2 महीने दा बिल ओ ते मेरा दे के जाओ ना। आंटी हले साडे कोल पैसे दा कोई इंतजाम नहीं होया ते ना ही हले असीं तुहानू दे सकदे आ, तुसीं या तां कोई साडा समान रख लो फिर तुहानू पैसे दे के छड़ा लांगे। समान ते तुहाडे कोल कोई कीमती है नहींगा, ते ऐदां करो तुसीं फिर बैड रख जो, जदों होणगे पैसे ते आके अपना बैड लै जाइओ। ਸੋਚਣ ਲੱਗ ਗਏ ਹੋ, ਇਹ ਬੈੱਡ ਰੱਖ ਕੇ ਵੀ ਨਾ ਤੁਹਾਡਾ ਕਿਰਾਇਆ ਪੂਰਾ ਨਹੀਂ ਹੋਣ ਲੱਗਾ, ਤੇ ਬਾਕੀ ਮੈਂ ਵੈਸੇ ਹੀ ਰੱਖਣ ਲੱਗੀ ਆ, ਤੇ ਆ ਕੇ ਆਪਣਾ ਲੈ ਜਿਓ ਬੈੱਡ, ਕਿਤੇ ਨਹੀਂ ਚੱਲਾ ਤੁਹਾਡਾ। ਠੀਕ ਹੈ ਆਂਟੀ ਜੀ, ਰੱਖ ਲਓ ਬੈੱਡ, ਫਿਰ ਜਦੋਂ ਆਂਟੀ ਹੋਊਗੇ ਪੇਮੈਂਟ ਫਿਰ ਆਪੇ ਤੁਹਾਨੂੰ ਦੇ ਕੇ ਦੇ ਦਾਂਗੇ। ਕਰ ਵੀ ਕੀ ਸਕਦੇ ਆ ਜੀ, ਹਾਲਾਤ ਹੀ ਇਹੋ ਜਿਹੇ ਹੋਏ ਪਏ ਨੇ। ਕੁੜੀਏ ਤੂੰ ਆਪਣੀ ਮਾਂ ਨੂੰ ਫੋਨ ਕਰ ਲੈ, ਉਹ ਪੈਸੇ ਦੇ ਦੇਵੇ। ਮੁੰਡਿਆ ਤੂੰ ਆਪਣੀ ਮਾਂ ਨੂੰ ਫੋਨ ਕਰ ਦੇ, ਉਹ ਪੈਸੇ ਦੇ ਦੇਵੇ। ਤੁਹਾਡਾ ਮੈਂ ਟੁੱਟਾ ਜਿਹਾ ਬੈੱਡ ਰੱਖ ਕੇ ਮੈਂ ਕੀ ਕਰਨਾ, ਮੇਰੇ ਕੋਲ ਕੰਮ ਦਾ ਨਹੀਂ। ਆਂਟੀ ਸਾਡਾ ਤਾਂ ਕੋਈ ਹੈ ਹੀ ਨਹੀਂ। ਜੇ ਆਂਟੀ ਸਾਡਾ ਕੋਈ ਹੁੰਦਾ ਤੇ ਅਸੀਂ ਕਿਰਾਏ ਤੇ ਥੋੜੀ ਧੱਕੇ ਖਾਣੇ ਸੀਗੇ। ਬਸ ਅਸੀਂ ਆ ਜੀ ਇੱਕ ਦੂਜੇ ਵਾਸਤੇ, ਮੈਂ ਦਾ ਖਿਆਲ ਰੱਖਦਾ ਹੈ, ਮੇਰਾ ਰੱਖਦੀ ਹੈ, ਮੇਰਾ ਸਾਥ ਦਿੰਦਾ, ਮੇਰਾ ਦਿੰਦੀ ਹੈ। ਕੋਈ ਗੱਲ ਨਹੀਂ ਆਂਟੀ, ਤੁਸੀਂ ਰੱਖ ਲਓ ਬੈੱਡ, ਚਾਹੇ ਟੁੱਟਾ ਜਿਹਾ ਹੀ ਹੈ ਕੋਈ ਗੱਲ ਨਹੀਂ, ਅਸੀਂ ਜਲਦੀ ਤੋਂ ਜਲਦੀ ਪੈਸੇ ਦੇ ਕੇ ਲੈ ਜਾਾਂਗੇ ਜੀ, ਇਹੀ ਕਰ ਸਕਦੀ ਹੈ। ਚਲ ਠੀਕ ਹੈ, ਰੱਖ ਲੈਂਦੀ ਹਾਂ ਮੈਂ ਤੁਹਾਡਾ ਬੈੱਡ। मेरी धी का फोन आ गया।
हाँ धीए होर की हाल है। हाँ किवें अपनी मां नूं अज याद कर लिया? हेलो मम्मी, मैं ना तुहाडे कोल रहण लई आ रही हां थोड़े दिन वास्ते। ते आजा आजा धीए, तेनू किन्ने मना कीता, आजा। मम्मी मैं पक्की होई आ रही, थोड़े दिनां वास्ते नहीं आ रही। पक्की? मम्मी होर इन्हां दा ना काम कार है नहीं गा, खर्चा पानी है नहीं दिंदे, ते सस ने सानू बाहर कढ़ता घरों दी। अच्छा चल कोई ना, इत्थे आ जा, आपां बैह के गल करदे आ। ठीक है मम्मी। मेरी धीर नू तां मैं सांभण वास्ते हैगी आ, उह तां मैं सांभ लांगी, पर इन्हां विचारियां नू कोई सांभण वाला है नहीं, इन्हां विचारियां दा की बणेगा। ओ तुरी तेरा गल सुन मेरी, ते तू मैनूं इह दस रहेगा किथे? आंटी रहना किथे है जी, समान सारा इकट्ठा करके अपने यार दोस्त दे घरे रखूंगा, ते असीं फिर थोड़ा टाइम गुरुद्वारे रह लांगे जी। जो हालात ठीक होंगे, सरकार ठीक होनगियां, काम कार मिलेंगे, फिर देखांगे की करना जी। बाहर किथे रहेगा, तू इत्थे ही रही जा, ते पता की गल है, काम तेरा लग जूगा, ते तू मैनू किराया थोड़ा थोड़ा करके दे, ठीक है? कोई गल नहीं। ते आंटी काम कार दा तां पता ही नहीं जी, 2 महीने नूं सैट होवे कि साल नूं सैट होवे जी, जिदा दा आह साल लंघना लोकां दा बहुत औखा लंघना है जी, मैनू नहीं लगता आह साल लोकां दे काम कार सैट होने ने। हले तो साढ़े सिर 2 महीने का किराया चढ़े, साल का चढ़े आंटी, फिर तो सानू सारा समान छड़ के इत्थों जाने पैना। तू साल मगरों भी अगर जाना होया ना, ते चले जाई, ते ना मैं तेनू तंग करांगी, ना तेरा मैं समान रखांगी, तू रहना है रही, जाना है चल जी, कोई गल नहीं। आंटी हुण तां साढ़े ते 2 महीने का भार चढ़िया जी, गाह 6 महीने जां साल का चढ़ेगा ते असीं फिर किद्दां लावांगे जी? चुप कर जा, इह गल नहीं कहनी, कमरा भी ते खाली पिया ही है, ते मेरा मुंडा होंदा ते उन्हें भी इस कमरे च रहना ही है, ते तू भी मेरे मुंडिया वर्गा ही है, चुप करके रही जा, ठीक है? ठीक है आंटी जी, धन्यवाद। आओ चल कोई ना मेरा पुत्तर। आंटी ताडा ना बहुत बहुत धन्यवाद, आंटी ताडे वर्गे मकान मालिक होवे ना ते किराएदारां नूं थां थां भटकना नहीं पैंदा। चल कोई ना पुत्त, कोई ना, शुक्र दात्या तेरा, शुक्र दात्या।